ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817। ਸੋ ਅੱਜ ਦੀ ਵੀਡੀਓ ਵਿੱਚ ਚੰਗੀ ਜਿੰਦ ਜਾਣ ਵਾਲੀ ਚੰਗੀ ਦੁੱਧ ਰਕਾਰ ਵਾਲੀ ਝੋਟੀ ਇਹ ਸੇਲ ਆ ਅਤੇ ਇੱਕ ਘੱਟਾ ਮੋਰਾ ਨਸਲ ਦਾ ਦੋ ਨਾਗ ਸੇਲ ਆ। ਡਿਟੇਲ ਵੀ ਤੋਂ ਪਹੁੰਚਿਆ ਹੋ ਕੇ ਕਰੀਏ ਗੱਲ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ, ਧੰਨਵਾਦ ਸਰ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਮੇਰਾ ਨਾਮ ਗੁਰਮੀਤ ਆ ਜੀ, ਪਿੰਡ ਸੱਦੋਵਾਲ, ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ, ਪਿੰਡ ਸੱਦੋਵਾਲ, ਨਾਲ ਆਪਣੇ ਅਠੂਰ ਆ ਗਏ ਨੇੜੇ ਇੱਧਰ ਨਾ। ਠੀਕ ਹੈ। ਮੋਬਾਈਲ ਨੰਬਰ ਆਪਣਾ ਜੀ 99-157-83-277-83-277। ਆਪਾਂ ਮੰਨ ਕੇ ਚੱਲ ਵੀ ਇੱਕ ਦੋ ਪਸ਼ੂ ਘਰੇ ਰੱਖਦੇ ਹਾਂ, ਜਦੋਂ ਸੇਲ ਹੋ ਜਾਣ ਜ਼ਿਆਦਾ ਹੋਏ ਸੇਲ ਕਰ ਦਿੰਦੇ। ਜਿਹੜੀ ਆਪਾਂ ਅੱਜ ਮੱਝ ਬਕਾਊ ਕਰੀਏ, ਇਹਦਾ ਬਾਇਓਡਾਟਾ ਕੀ ਹੈ, ਕਿੱਥੋਂ ਆਈ ਹੈ ਅਤੇ ਕਿਹੜਾ ਸੂਆ ਹੈ? ਆਪਣੇ ਸਾਂਢ ਵੀ ਘਰੇ ਰੱਖਿਆ ਵਾ ਤੇ ਉਹਦੋਂ ਕਰੋਸ ਆ, ਉਹਦੀ ਪਿਛਲੇ ਸੂਏ ਦੀ ਇਕੱਠੀ ਖੜੀ ਆ, ਹੈ ਨਾ? ਠੀਕ ਹੈ। ਤੇ 16 ਲੀਟਰ ਦੁੱਧ ਆਪਾਂ 3 ਜੇ ਸੂਏ ਚੋੜਿਆ, ਤੇ ਜਿਵੇਂ ਫਤਿਹਾਬਾਦ ਹਰਿਆਣੇ ਆਪਣੇ ਬਹੁਤ ਵੀਰ ਜਾਣਦੇ ਆ ਵੀ 10-15 ਹਜ਼ਾਰ ਤੱਕ ਤੋਂ ਵੱਧ ਲਾ ਕੇ ਆਉਂਦੇ ਆ, ਉਹ ਲਾਏ ਦਾ ਫਾਇਦਾ ਹੋਇਆ ਕੁਛ ਕਿ ਨਹੀਂ ਹੋਇਆ? ਅੱਛਾ, ਮੰਨ ਕੇ ਠੀਕ ਹੈ, ਠੀਕ ਹੈ, ਉਹ ਪ੍ਰਦੀਪ ਤੋਂ ਲੈ ਹੋਗੇ, ਮਤਲਬ ਜੇ ਲੱਖ ਤੋਂ ਬਾਹਰ ਜਾਂਦੇ ਆ ਤਾਂ ਅਸਰ ਹੁੰਦਾ ਉਦੋਂ ਵੀ ਲਾਏ, ਠੀਕ ਹੈ। ਤੇ 16 ਲੀਟਰ ਦੁੱਧ ਚਵਾਈ ਕੀਤੀ, ਇਸ ਦੌਰਾਨ ਅੰਦਾਜ਼ਾ ਲਾਈਏ ਵੀ ਜਾਵੜੂ ਫਿਰ 16-17-18 ਦੇ, ਤੇ ਕੈਕ ਮਹੀਨੇ ਦੁੱਧ ਪਹਿਲਾਂ ਛੱਡੀ ਆਪਾਂ? ਇਹ ਸਾਢੇ ਸੱਤ ਮਹੀਨੇ ਚੋਰੀ ਆ ਜੀ। ਠੀਕ ਹੈ, 3 ਮਹੀਨੇ ਹੋ ਗਏ ਦੁੱਧ ਛੱਡੀ ਨੂੰ। ਹਾਂ, ਤੇ ਦਿੰਦੇ ਕੱਪ ਕੱਪ ਪਿੰਡ ਤੀਕਰ? ਮੈਂ ਪੂਰੀ ਠੰਡੀ ਸੀ, ਰਾਜੇ ਮਰਦੀ ਉਹ ਬੰਦਾ ਉਹ ਕਰੀ ਜਾਵੇ ਨਹੀਂ ਕੋਈ। ਤੇ ਹੁਣ ਕੈ ਦਿਨ ਲੈਂਦੀ ਆ ਸੂਨ ਚ? ਇਹ ਹਜੇ ਮੇਰੇ ਹਾਲ ਹਫ਼ਤਾ ਤਾਂ ਲਈ ਜਾਊ, ਹਫ਼ਤਾ ਕ ਸੂਨ ਚ ਬਾਕੀ ਆ। ਤੇ ਉਹ ਸਾਨ ਤੋਂ ਹੈਗੇ ਕਰਾਸ, ਹੈ ਨਾ? ਚਲ ਸਾਨ ਬਾਰੇ ਡਿਟੇਲ ਬਾਅਦ ਦਾ ਤੋਰੇ ਬਾਹਰ ਨੂੰ ਬੜੇ। ਸੋ ਫਿਰ ਕੱਦ ਕਾਠ ਵਗੈਰਾ ਤੇ ਬਾਡੀ ਸਟਰਕਚਰ ਵਗੈਰਾ ਝੋਟੀਆਂ ਦੇਖ ਸਕਦੇ ਹੋ। ਚੌਥਾ ਸੂਆ ਸੂੰਦੀ ਆ ਤੇ ਥੱਲੇ ਲੇਵਾ ਟੋਕਰੇ ਜਿਹੜਾ ਲਈ ਫਿਰਦੇ, ਇੱਕ ਤਾਂ ਉਹਦਾ ਕਹਿਣ ਵਾਲੀ ਗੱਲ, ਇੱਕ ਟੋਕਰਾ ਭਾਵੇਂ ਨਾਲ ਲੈ ਆਇਓ ਤੇ ਬਹੁਤ ਸੋਹਣਾ ਜਵਾਨੀ ਆ ਝੋਟੀ ਦੇ ਉੱਤੇ, ਤੇ ਸਿੰਘ ਪੋਪੜੇ ਪਾਪਲੇ ਤਰਾਲੇ ਨੇ, ਹੈ ਨਾ? ਠੀਕ ਹੈ। ਤੇ ਸਾਂਢ ਵੀ ਘਰੇ ਖੜਾ ਜਿਹਦੇ ਕਰੋਸ ਹੋਈ ਵੀ ਆ, ਤੇ ਲੇਵਾ ਦੇਖੋ ਬਹੁਤ ਸੋਹਣਾ, ਤਿਆਰੀ ਬਹੁਤ ਤਕੜੀ ਆ ਝੋਟੀ ਦੀ। ਕੋਈ ਇਹ ਨਹੀਂ ਗੱਲ ਵੀ 16-18 ਵੀ ਤੀਰ ਸੜਦਾ, ਵੀ ਕੱਦੂ 'ਚ ਲੱਗ ਗਿਆ ਜੇ ਨਾ ਲੱਗਿਆ ਤਾਂ ਵੀ ਕੋਈ ਚੱਕਰ ਨਹੀਂ, ਇਹ ਕੱਦੂ ਦੀ ਤੀਰ ਲੱਗਣ ਵਾਲੀ ਚੀਜ਼ ਆ, ਕਿਉਂਕਿ ਆਪਾਂ ਨੂੰ ਵੀ ਦਿੱਖ ਪਤਾ ਡੇਲੀ, ਆਪਾਂ ਜਿਹੜੇ ਬੰਦੇ ਵੀਡੀਓ ਦੇਖਦੇ ਆਪਾਂ ਸੂਰ ਇੱਕ ਦੇ ਘਰੇ ਦੋ ਪਿੰਦਰ ਰੱਖੇ ਵਿਆ, ਨਾੜਾਂ ਵਗੈਰਾ ਬਹੁਤ ਚੰਗੀਆਂ। ਤੇ ਚੋਣ ਚਵਾ ਦੀ ਓਕੇ ਜਮਾ? ਅੱਛਾ, ਤੇ ਫਿਰ ਵੇਚਣੀ ਕਿੰਨੇ ਜੇ ਆਪਾਂ? ਇਹ ਇਹਦਾ ਮੁੱਲ 35 ਆ ਜੀ। ਤੇ ਮਾਨਦਾਨ ਹੋਊਗਾ? ਮਾੜਾ ਮੋਟਾ ਮਾਨਦਾਨ ਦੋ ਜੀ, ਫੇਸ ਹੀ ਕਰੇ ਕੋਈ ਬਾਹਰ ਨਹੀਂ ਆ ਖਿੱਚ ਕੇ ਉਹ। ਠੀਕ ਹੈ, 20-17-18 ਕਿਲੋ ਆਪਣਾ ਮਾਣਾ ਵੀ ਦਊਗੀ। 16 ਕਿਲੋ ਵੀਰੇ ਚੋਇਆ, ਤੇ ਹੱਥ ਤਾਂ ਵਧੀਆ ਫਰਾਉਂਦੇ ਥੱਲੇ? ਮੈਂ ਕਿਹਾ ਪੂਰੀ ਠੰਡੀ ਸੀ, ਰਾਜੇ ਮਰਦੀ ਫੇਰੀ ਚੱਲਾਂ ਕੋਈ। ਠੀਕ ਹੈ, ਕੋਈ ਡੈਕ ਤੇ ਨਹੀਂ, ਹੈ ਨਾ? ਕੋਈ ਡੈਕ ਤੇ ਨਹੀਂ, ਪੂਰੀ ਤੋਂ ਬੰਦਾ ਜਿਵੇਂ ਜਿਹੜੀ ਚੋਈ ਜਾਵੇ। ਠੀਕ ਹੈ, ਸੋ ਆਪਾਂ ਨੇੜ ਤੋਂ ਥਾਣਾ ਬੰਨਾ ਦਿਖਾ ਦਈਏ, ਤੇ ਆਹ ਦੇਖੋ ਥੋੜਾ ਜਿਹਾ ਵਿੱਚੀ ਵਗੈਰਾ ਬਹੁਤ ਚੰਗੀ ਆ, ਤੇ ਬਾਕੀ ਕੁੰਬੜਾ ਵਗੈਰਾ ਪਤਲਾ ਆ ਜਾਵਾਂ, ਹੈ ਨਾ? ਤੇ ਨਾਲ ਜਿਹੜੇ ਇੱਕ ਘੱਟਾ ਬਗਾਊ ਕਰੇ, ਇਹਦੀ ਉਮਰ ਕਿੰਨੀ ਕਾ? ਇਹ 2 ਸਾਲ ਦਾ ਹੋਇਆ ਨਹੀਂ ਵੀਰੇ ਹਜੇ, ਖੀਰਾ ਹੀ ਆ। ਹਾਂ, ਤੇ ਕਿਹੜੀ ਮੱਝ ਦਾ ਇਹ? ਇਹ ਵੀ ਲਿਆਂਦਾ ਮੈਂ ਫਤਿਹਾਬਾਦ ਤੋਂ ਲਿਆਂਦੀ ਮੱਝ ਉਹਨਾਂ ਦੀ। ਠੀਕ ਹੈ, ਹਾਂ, ਉਹਦੇ ਮਗਰ ਕਟਾਇਆ ਸੀ ਨਾਲ। ਹਾਂ, ਠੀਕ ਹੈ, ਹੁਣ ਇਹ ਪਕਾਊਗਾ? ਹਾਂਜੀ। ਕੀ ਭਾਅ ਯਾਰ ਇਹਦਾ? ਇਹਦਾ ਫੋਨ ਤੇ ਕਰ ਦਾਂਗੇ, ਇਹਦਾ ਆਪਾਂ ਕਰਾਂਗੇ ਫੋਨ ਤੇ, ਪਤਾ ਨਹੀਂ ਕੁਛ ਕਿਹੜੇ ਸੀਮਰ ਦਾ, ਕਿਹੜੇ ਦੇ ਹੈਗਾ, ਕਿਹੜੇ ਦੇ ਨਹੀਂ। ਸਾਡੇ ਕੋਲ ਆ ਕੇ ਮੱਝ ਸੂਈ ਸੀ। ਠੀਕ ਹੈ, ਮਤਲਬ ਗੱਬੜ ਮੱਝ ਆਈ ਸੀ ਬੰਦੇ ਕੋਲ? ਹਾਂ ਹਾਂ, ਫਤਿਹਾਬਾਦ ਤੋਂ ਲਈ ਸੀ। ਠੀਕ ਹੈ, ਚੰਗੇ ਰਿਕਾਰਡ ਦਾ ਸੈਂਸਰ ਬਣ ਗਿਆ। ਠੀਕ ਹੈ, ਹਾਂ, ਸੋ 2 ਸਾਲ ਦੇ ਲਗਭਗ ਇਹਦੀ ਉਮਰ ਆ, ਤੇ ਬਾਕੀ ਟੈਸਟੀਕਲ ਵਗੈਰਾ ਦੇਖੋ ਸਾਫ ਸੁਥਰਾ, ਮਤਲਬ ਬਰੀਡਿੰਗ ਵਾਸਤੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਇਹ ਹੈਗਾ ਸੇਲ। ਤੇ ਅੱਗੇ ਆਪਾਂ ਦਿਖਾਈਏ ਤੁਹਾਡਾ ਸਾਂਢ ਵੱਡਾ, ਤੇ ਜਿਹੜਾ ਬਾਈ ਆਪਾਂ ਸਾਂਢ ਦੇਖੀ ਜਾਂਦੇ, ਕਿੰਨੇ ਕੁ ਉਮਰ ਦਾ ਇਹ?
ਦੰਦੋ ਜਵਾਨ ਹੋ ਗਿਆ, ਠੀਕ ਹੈ ਜੀ। ਆਪਾਂ ਮੱਝਾ ਕ੍ਰੋਸ ਕਰਾਉਂਦੇ ਹਾਂ ਤੂੰ, ਠੀਕ ਹੈ। ਕੀ ਫੀਸ ਹੈ ਕ੍ਰੋਸਿੰਗ ਦੀ? 500 ਰੁਪਇਆ ਕ੍ਰੋਸਿੰਗ ਫੀਸ ਹੈ, ਜਦੋਂ ਮਰਜ਼ੀ ਕਿਉਂ ਹੈ ਜੀ? ਕੀ ਰਿਕਾਰਡ ਰਿਕੂਡ ਹੈ ਜੀ ਮਾਂ ਦਾ? ਠੀਕ ਹੈ, ਇਹਦੀ ਮਾਂ ਨੇ ਐਤਕੀ 17 ਕਿਲੋ ਧਨੌਲੇ ਦੇ ਕੱਢਿਆ, ਉਹ ਗਹਿਲਾ ਦੇ ਬੰਦਿਆਂ ਕੋਲ ਹੈਗੇ ਹੁਣ ਵੀ, ਠੀਕ ਆ, ਠੀਕ ਹੈ। ਅਤੇ 500 ਰੁਪਏ ਫੀਸ ਲੈਂਦੇ ਆਪਾਂ, ਅਤੇ ਰਿਜ਼ਲਟ ਆਪਣੇ ਕੋਲ ਘਰ ਇਹਦਾ ਹੈਗਾ, ਠੀਕ ਆ। ਹੁਣ ਮੱਝ ਇਸ ਤੋਂ ਫਿਰ ਕਰਾਓ ਸਰ, ਸੋ ਇਸ ਉੱਤੇ ਮੱਝ ਕਰਾਓ ਸਰ ਕਿ ਐਵੇਂ ਕਹਿ ਇਹਨੂੰ ਮੋਦੀ ਦਾ ਨਾਟ ਕੇ ਟੀਕਾ ਭਰਿਆ ਵਾ ਘਰੇ ਚੰਗਾ ਸਥਾਨ ਆ, ਅਤੇ 16-17 ਕਿਲੋ ਵਾਲੀ ਮੈਂ ਦਾ ਮੰਨ ਕੇ ਚਲੋ ਬੱਚਾ ਗਾ ਮੱਝਾਂ ਦਾ ਪਰਚੇਸ ਕਰਿਆ ਵਾ, 500 ਰੁਪਏ ਫੀਸ ਦੇ ਵਿੱਚ ਮੱਝਾਂ ਕਰੋਸ ਕਰਾ ਸਕਦੇ ਹੋ। ਸੋ ਇਹਦਾ ਰਿਜ਼ਲਟ ਵੀ ਘਰੇ ਖੜਾ, ਆਹ ਕੱਟੀ ਖੜੀ ਹੈਗੀ। ਸੋ ਪਿੰਡ ਆਪਾਂ ਸੱਦੋਵਾਲ ਤੋਂ ਵੀਡੀਓ ਕਵਰ ਕਰੀ ਆ, ਝੋਟੀ ਸੇਲ ਅਤੇ ਇੱਕ ਕੱਟਾ ਸੇਲ ਆ, ਅਤੇ ਮੱਝ ਕਰੋਸਿੰਗ ਲਈ ਸੰਪਰਕ ਕਰ ਸਕਦੇ ਹੋ। ਨੰਬਰ ਬੋਲਿਆ ਬਾਈ ਦੁਆਰੇ ਆਪਣਾ, ਨੰਬਰ ਆਪਣਾ 99 57 83 27, ਠੀਕ ਆ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਕਿਸੇ ਨਵੀਂ ਹੋਰ।